ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਮੁਖਰਜੀ ਨਗਰ ਦੇ ਬਾਹਰ ਅਸੀਂ ਮੌਜੂਦ ਹੈਗੇ ਆ। ਲਗਾਤਾਰ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਟੀਮ ਮੁਖਰਜੀ ਨਗਰ ਪੁਲਿਸ ਸਟੇਸ਼ਨ ਦੇ ਬਾਹਰ ਅਸੀਂ ਮੌਜੂਦ ਹੈਗੇ ਆ। ਪੁਲਿਸ ਸਟੇਸ਼ਨ ਦੇ ਬਾਹਰ ਤੁਸੀਂ ਜੋੜਦੇ ਪਏ ਆ ਅਤੇ ਸਿੱਖ ਸੰਗਤਾਂ ਵੱਲੋਂ ਲਗਾਤਾਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ। ਥਾਣੇ ਦੇ ਬਾਹਰ ਇੱਕ ਬਹੁਤ ਵੱਡਾ ਪ੍ਰੋਟੈਸਟ ਹੈ ਦੇਖਿਆ ਗਿਆ ਸੰਗਤਾਂ ਵੱਲੋਂ, ਜਿਹੜੀ ਪਹਿਲੇ ਚੌਂਕ ਤੇ ਉਹਨਾਂ ਪੁਲਿਸ ਸਟੇਸ਼ਨ ਦੇ ਬਾਹਰ ਕੀਤੀ ਹੈਗੀ ਆ। ਪੁਲਿਸ ਸਟੇਸ਼ਨ ਦੇ ਬਾਹਰ ਲਗਾਤਾਰ ਜਿਹੜਾ ਕਿ ਨਾਰੇਬਾਜ਼ੀ ਕੀਤੀ ਜਾ ਰਹੀ ਹੈ, ਨਾਰੇ ਜਿਹੜੇ ਹੈਗੇ ਆ ਲਗਾਤਾਰ ਹੈਗੀਆਂ ਨੇ। ਬਹੁਤ ਵੱਡੀ ਤਾਦਾਦ ਮੌਜੂਦ ਹੈਗੇ ਆ ਥਾਣੇ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਥਾਣੇ ਵਿੱਚ ਸਿੱਖ ਸੰਗਤਾਂ ਜਿਹੜੀ ਹੈਗੀਆਂ, ਥਾਣੇ ਦੇ ਬਾਹਰ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਹੈਗਾ ਪ੍ਰੋਟੈਸਟ ਇੱਥੇ ਹੋ ਰਿਹਾ। ਪੁਲਿਸ ਸਟੇਸ਼ਨ ਮੁਖਰਜੀ ਨਗਰ ਦੇ ਬਾਹਰ ਇੱਥੇ ਸਿੱਖ ਸੰਗਤਾਂ ਦਾ ਜਿਹੜਾ ਹੈਗਾ ਲਗਾਤਾਰ ਇੱਥੇ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਸਟੇਸ਼ਨ ਦੇ ਜਿਹੜੀ ਹੈਗੀ ਸਿੱਖ ਸੰਗਤਾਂ ਮੌਜੂਦ ਹੈਗੀਆਂ ਨੇ। ਆਪ ਦੇਖ ਸਕਦੇ ਹੋ ਇੱਥੇ ਬਹੁਤ ਵੱਡੀ ਤਾਦਾਦ ਸਿੱਖ ਸੰਗਤਾਂ ਸਾਡੇ ਨਾਲ ਇੱਥੇ ਸਿੱਖ ਸੰਗਤਾਂ ਜਿਹੜੀਆਂ ਮੌਜੂਦ ਹੈਗੀਆਂ ਨੇ ਉਹਨਾਂ ਨਾਲ ਜੁੜਦੇ ਹਾਂ। ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਵੀਰ ਜੀ? ਵੀਰ ਜੀ ਇਹ ਜਿਹੜਾ ਸਾਡੇ ਨਾਲ 84 ਜੋ ਹੈ ਨਾ, ਉਹ 84 ਵਾਲਾ ਮਾਹੌਲ ਸਾਡੇ ਸਿੱਖਾਂ ਨਾਲ ਦਿੱਲੀ ਅੰਦਰ ਹੋ ਰਿਹਾ, ਉਹ ਖਾਸ ਕਰਕੇ ਪੁਲਿਸ ਵਾਲੇ ਜਿਹੜੇ ਸਾਰੇ ਰਕਸ਼ਕ ਹੁੰਦੇ ਨੇ ਉਹੀ ਸਾਨੂੰ ਕੇਸਾਂ ਤੋਂ ਪਕੜ ਪਕੜ ਕੇ ਇੰਨਾ ਮਾਰਿਆ ਪਿਓ ਪੁੱਤਰਾਂ ਨੂੰ, ਜੋ ਸਾਨੂੰ 84 ਤੋਂ ਵੀ ਜ਼ਿਆਦਾ ਬਦਤਰ ਹੈ। ਹੁਣ ਸਾਨੂੰ ਲੱਗਦਾ ਕਿ ਸਾਨੂੰ ਹਿੰਦੁਸਤਾਨ ਹੁਣ ਛੱਡਣਾ ਪਏਗਾ, ਸਾਨੂੰ ਵੀ ਕੈਨੇਡਾ ਜਾਣਾ ਪਏਗਾ, UK ਜਾਣਾ ਪਏਗਾ, ਕਿਉਂਕਿ ਹਿੰਦੁਸਤਾਨ ਦੇ ਅੰਦਰ ਹੁਣ ਸਿੱਖਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ। ਹੋਰ ਜਿਸ ਤਰੀਕੇ ਅੱਜ ਦਾ ਜੋ ਮਾਹੌਲ ਖਰਾਬ ਹੋਇਆ ਸੀਗਾ, ਤੁਸੀਂ ਕੀ ਕਹਿਣਾ ਚਾਹੋਗੇ? ਸੰਗਤ ਜੀ ਜਿਵੇਂ ਅੱਜ ਅਸੀਂ ਇਕੱਠੇ ਹੋਏ ਹਾਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ, ਬੇਸ਼ੱਕ ਸਰਨਾ ਪਾਰਟੀ ਹੈ, ਬੇਸ਼ੱਕ GK ਜੀ ਨੇ ਜਾਂ ਸਿਰਸਾ ਜੀ ਨੇ ਜਾਂ ਆਮ ਆਦਮੀ ਪਾਰਟੀ ਜਰਨੈਲ ਸਿੰਘ ਨੇ ਜਿਹੜੇ ਵੀ ਨੇ, ਸਾਰੇ ਅਸੀਂ ਇੱਕ ਹੋਏ ਹਾਂ ਤੇ ਸਾਨੂੰ ਇਨਸਾਫ ਮਿਲਣ ਦੀ ਉਮੀਦ ਹੈ। ਜਦ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ, ਉਹ ਖਾਸ ਕਰਕੇ ਅਸੀਂ ਸਿੱਖ ਭਰਾ, ਸਾਨੂੰ ਕਦੀ ਇਨਸਾਫ ਨਹੀਂ ਮਿਲੇਗਾ ਦਿੱਲੀ ਅੰਦਰ ਔਰ ਹਿੰਦੁਸਤਾਨ ਦੇ ਅੰਦਰ। ਅੱਜ ਹਫ਼ਤੇ ਇੱਕ ਹਫ਼ਤਾ ਹੋ ਗਿਆ, ਅੱਜ ਤੀਸਰਾ ਉਹ ਹੋਇਆ ਕਿ ਦਿੱਲੀ ਅੰਦਰ ਕਿ
ਸਿੱਖਾਂ ਤੇ ਹਮਲਾ ਹੋਇਆ। ਅੱਜ ਤੋਂ ਦੋ ਦਿਨ ਪਹਿਲੇ ਪੱਛੀ ਬਿਹਾਰ ਤੇ ਜਵਾਲ ਆਈਡੀ ਤਰ੍ਹਾਂ ਵੀ ਹੋਇਆ, ਸੱਜੇ ਨਾਲ ਹੋਈ, ਉਸ ਤੋਂ ਪਹਿਲੇ ਰੋਹਣੀ 'ਚ ਵੀ ਹੋਇਆ। ਮਤਲਬ ਸਿੱਖਾਂ ਨਾਲ, ਸਾਡੇ ਸਿੱਖਾਂ ਨਾਲ ਇਹ ਗਲਤ ਕੰਮ ਹਿੰਦੁਸਤਾਨ 'ਚ ਸ਼ੁਰੂ ਹੋ ਗਏ ਨੇ। ਕਿਰਪਾ ਕਰਕੇ ਸਾਰੇ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ, ਸਾਰੇ ਸਿੱਖ ਭਰਾ ਇੱਕ ਹੋ ਜਾਓ। ਜੇ ਅਸੀਂ ਇੱਕ ਨਹੀਂ ਹੋਏ ਤੇ ਅਸੀਂ ਕੱਲ੍ਹ ਨੂੰ ਕਿਤੇ ਵੀ ਵਾਰੀ ਹਿੰਦੁਸਤਾਨ 'ਚ ਕਿਹੜੇ ਵੀ ਸਿੱਖ ਭਰਾ ਦੀ ਵਾਰੀ ਹੈ। ਤੇ ਅੱਜ ਮੁਖਰਜੀ ਨਗਰ ਦਿੱਲੀ ਅੰਦਰ ਇਹ ਜੋ ਕੰਮ ਹੋਇਆ, ਇੱਕ 15 ਸਾਲ ਦੇ ਬੱਚੇ ਨਾਲ, ਇੱਕ ਉਹਨੇ ਬਜ਼ੁਰਗ ਫਾਦਰ ਸਾਹਿਬ ਨਾਲ ਜੋ 60 ਸਾਲ ਦੀ ਉਮਰ ਹੋਏਗੀ, ਉਹਨਾਂ ਨੂੰ ਦਬਾ ਕੇ, ਬੇਸ਼ੱਕ ਉਹਨਾਂ ਦੀ ਗਲਤੀ ਹੈ ਨਹੀਂ ਹੈ, ਲੇਕਿਨ ਉਗਰਵਾਦੀਆਂ ਤੋਂ ਵੀ ਜ਼ਿਆਦਾ ਮਾਰਿਆ ਗਿਆ। ਕਸ਼ਮੀਰ ਦੇ ਅੰਦਰ ਪੱਥਰ ਮਾਰੇ ਜਾਂਦੇ ਨੇ ਤੇ ਉਹਨਾਂ ਨੂੰ ਜਵਾਈ ਬਣਾਇਆ ਪਿਆ ਆਪਣਾ। ਤੇ ਹਿੰਦੁਸਤਾਨ ਦੇ ਅੰਦਰ ਜਦੋਂ ਅਸੀਂ ਟੈਕਸ ਵੀ ਭਰਦੇ ਹਾਂ, ਸਭ ਕੁਝ ਕਰਨਾ, ਤਾਂ ਸਾਡੇ ਸਰਦਾਰ ਭਰਾਵਾਂ ਨੂੰ ਮਾਰਿਆ ਜਾਂਦਾ। ਜਿਸ ਤਰੀਕੇ ਜੋ ਕਿ ਲਾਈਵ ਤਸਵੀਰਾਂ ਦਿਖ ਰਹੀਆਂ ਨੇ, ਅਮਰੀਕ ਸਿੰਘ ਜੀ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਜੁੜਦੇ ਹਾਂ। ਵੀ ਜੀ ਕੀ ਕਹਿਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸ਼ਨੀ 5 ਵਜੇ ਦੀ ਘਟਨਾ ਹੈ, ਜਿਹੜਾ ਇਹ ਗੱਡੀ ਦੇ ਮਾਲਿਕ ਉਹ ਦੱਸ ਰਹੇ ਸੀ ਕਿ ਇੱਕ ਪੁਲਿਸ ਵਾਲਾ ਇਸ ਆਟੋ 'ਚ ਬੈਠਾ ਅਤੇ ਜਦ ਉਤਰਨੇ ਦੀ ਵਾਰੀ ਆਈ ਤਾਂ ਉਹਨੇ 5 ਰੁਪਏ ਕਿਰਾਇਆ ਮੰਗਿਆ ਸਿੱਖ ਜਿਹੜਾ ਆਟੋ ਚਲਾ ਰਿਹਾ ਸੀ। ਪਰ ਉਹ 5 ਰੁਪਏ ਨਾ ਦੇਣੇ ਦੀ ਵਿਰੋਧਤਾ ਦੇ ਉੱਤੇ ਇਹ ਝਗੜਾ ਬਹੁਤ ਵੱਡਾ ਬਣ ਗਿਆ। ਔਰ ਤੁਸੀਂ ਹਾਲਾਤ ਦੇਖ ਸਕਦੇ ਹੋ, ਬਹੁਤ ਹਾਲਾਤ ਵਿਗੜੇ ਹੋਏ ਨੇ। ਇਹ ਅੱਜ ਸਜ਼ਾ ਨਹੀਂ ਮਿਲੀ ਉਹ ਕੋਈ ਵੀ ਹੋਵੇ ਜਿਹਦਾ ਰਾਈਟ ਹੈ, ਜੋ ਮਿਹਨਤ ਕਰ ਰਿਹਾ ਉਹਨੂੰ ਘੱਟੋ ਘੱਟ ਉਹਦਾ ਹੱਕ ਤਾਂ ਮਿਲਣਾ ਚਾਹੀਦਾ। ਕੋਈ ਵੀ ਹੋਵੇ, ਇਹ ਨਹੀਂ ਸਿੱਖ ਨੋਨ ਸਿੱਖ ਵੀ ਹੈ, ਉਹ ਵੀ ਗੱਡੀਆਂ ਚਲਾਉਂਦੇ ਨੇ, ਉਹ ਵੀ ਆਪਣੀ ਰੋਜ਼ੀ ਰੋਟੀ ਲਈ ਦਰ ਬਦਰ ਜਾਂਦੇ ਨੇ। ਅਤੇ ਅੱਜ ਉਹਨਾਂ ਨੂੰ 5 ਰੁਪਏ ਦੇ ਪਿੱਛੇ ਮਾਰਿਆ ਗਿਆ। ਤੁਸੀਂ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਕਈ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਚੁੱਕੇ ਮਾਰਿਆ ਗਿਆ, ਉਹਨੇ ਪਗੜੀ ਉਤਾਰੀ ਗਈ, ਉੱਤੋਂ ਹਿੱਟ ਕੀਤਾ ਗਿਆ, ਸਿਰ ਦੇ ਉੱਤੇ ਹਿੱਟ ਕੀਤਾ ਗਿਆ ਉਹ ਪੈਰਾਂ ਨਾਲ। 5 ਵਜੇ ਤੋਂ ਬਾਅਦ ਹੁਣ ਰਾਤੀ ਦੇ ਲਗਭਗ 11:30-12 ਵੱਜ ਗਏ ਨੇ। ਤੁਸੀਂ ਹਾਲਾਤ ਦੇਖ ਸਕਦੇ ਹੋ। ਮੈਂ ਵੀਰ ਜੀ ਨੂੰ ਕਹਾਂਗਾ ਕਿ ਕੈਮਰਾ ਸਾਰੀ ਜਗ੍ਹਾ ਘੁਮਾਉਣ, ਕਿ ਇੱਧਰ ਤਕਰੀਬਨ 1000 ਤੋਂ ਪਲੱਸ ਸੰਗਤ ਹੈ। ਇਹ ਸਿੱਖ ਜਿਨ੍ਹਾਂ ਦੀ ਉਮਰ ਘੱਟੋ ਘੱਟ 50 ਤੋਂ 55 ਸਾਲ ਹੈ, ਉਹਨਾਂ ਨੂੰ ਕਿਵੇਂ ਮਾਰਿਆ ਗਿਆ ਔਰ ਕਿਵੇਂ ਘਸੀਟਿਆ ਗਿਆ, ਬਹੁਤ ਇਹ ਦੇਖ ਲਓ। ਤੁਸੀਂ ਦੇਖ ਸਕਦੇ ਹੋ ਕਿ ਫੋਟੋਆਂ ਉਹਨਾਂ ਦੀਆਂ। ਵੀਰ ਜੀ ਦੀ ਉਮਰ ਘੱਟੋ ਘੱਟ 55 ਤੋਂ 60 ਸਾਲ ਹੋਣੀ, ਜਿਹੜਾ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਲਈ ਇੱਕ ਆਟੋ ਚਲਾਉਂਦੇ ਨੇ ਅਤੇ ਉਸ ਤੋਂ ਬਾਅਦ ਵੀ ਇਹਨਾਂ ਉੱਤੇ ਜ਼ੁਲਮ ਕੀਤਾ ਗਿਆ। ਅੱਜ ਜਿਹਨਾਂ ਨੂੰ ਕਾਨੂੰਨ ਦੀ ਤੌਰ 'ਤੇ ਸਾਡੇ ਲਈ ਰੱਖਿਆ ਕਰਨ ਲਈ ਬਿਠਾਇਆ ਗਿਆ, ਉਹ ਹੀ ਸਾਡੇ ਨਾਲ ਗਲਤ ਕਰ ਰਹੇ ਨੇ ਅਤੇ ਅਸੀਂ ਫਿਰ ਕਿਹਦੇ ਕੋਲ ਜਾਵਾਂਗੇ? ਅੱਜ ਇਹਨਾਂ ਉਵੇਂ ਚੰਦ ਬੰਦਿਆਂ ਕਰਕੇ ਦਿੱਲੀ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ। ਉਹ ਚੰਦ ਬੰਦਿਆਂ ਨੂੰ ਕੱਢਿਆ ਜਾਵੇ ਡਿਪਾਰਟਮੈਂਟ ਦੇ ਵਿੱਚੋਂ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਅੱਜ ਸਜ਼ਾ ਨਹੀਂ ਦੇਵੋਗੇ, ਕੱਲ੍ਹ ਫਿਰ ਕਿਸੇ ਨਾ ਧੱਕਾ ਹੋਏਗਾ, ਭਾਵੇਂ ਉਹ ਸਿੱਖ ਹੋਵੇ ਅਤੇ ਭਾਵੇਂ ਨੋਨ ਸਿੱਖ ਹੋਵੇ। ਅੱਜ ਸਭ ਨੂੰ ਚਾਹੀਦਾ ਇੱਕ ਹੋ ਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਨਾ ਅੱਜ ਨਹੀਂ ਇਕੱਠੇ ਹੋਵਾਂਗੇ, ਫਿਰ ਤੁਹਾਨੂੰ ਕਹਿ ਰਿਹਾ ਸਾਰੇ ਭਰਾਵਾਂ ਨੂੰ, ਫਿਰ ਕੱਲ੍ਹ ਨੂੰ ਕਿੱਧਰ ਨਾ ਕਿੱਧਰ ਕਿਸੇ ਹੋਰ ਕਿਸੇ ਭਰਾ ਦੇ ਉੱਤੇ ਜ਼ੁਲਮ ਹੋ ਰਿਹਾ ਹੋਏਗਾ, ਉਹ ਇਵੇਂ ਹੀ ਮਾਰ ਖਾਂਦਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਦੇ ਨਾਲ ਬਰਬਰਤਾਪੂਰਕ ਤਰੀਕੇ ਦੇ ਨਾਲ ਪੁਲਿਸ ਨੇ ਅੱਤਿਆਚਾਰ, ਮੈਂ ਕਹਿੰਦਾ ਵੱਡੇ ਤੋਂ ਵੱਡਾ ਕ੍ਰਿਮੀਨਲ ਵੀ ਕੋਈ ਹੋਵੇ ਤੇ ਉਹਦੇ ਨਾਲ ਵੀ ਇਹੋ ਜਿਹਾ ਵਿਵਹਾਰ ਨਹੀਂ ਹੁੰਦਾ, ਪਰ ਦਿੱਲੀ ਪੁਲਿਸ ਨੇ ਇਹ ਅੱਤ ਕਰਤੀ ਹੈ। ਦੇਸ਼ ਦੀ ਰਾਜਧਾਨੀ ਜਿੱਥੋਂ ਸਾਰੀ ਸਿਆਸਤ ਚੱਲਦੀ ਹੈ, ਜਿੱਥੇ ਸਾਰੇ ਮੈਂਬਰ ਪਾਰਲੀਮੈਂਟ ਬੈਠਦੇ ਨੇ, ਹੁਣੇ ਤਾਜ਼ਾ ਇਲੈਕਸ਼ਨ ਜਿੱਤਿਆ, ਤੇ ਇਹ ਹਾਲ ਅਗਰ ਆਪਣੇ ਦੇਸ਼ ਦੇ ਵਿੱਚ ਹੋਏਗਾ ਤੇ ਅਸੀਂ ਕਿਸ ਨੂੰ ਕਹਾਂਗੇ ਕਿ ਇਹ ਨਿਆਂ ਦਿਓ? ਜੇ ਇਸ ਤਰੀਕੇ ਦੇ ਨਾਲ ਪੁਲਿਸ ਹਥਿਆਰਬੰਦ ਤਰੀਕੇ ਦੇ ਨਾਲ ਆ ਕੇ ਇਹ ਕੰਮ ਕਰੇਗੀ ਤੇ ਸਾਨੂੰ, ਅਸੀਂ ਕਿਸ ਨੂੰ ਕਹਾਂਗੇ? ਰਿਵਾਲਵਰ ਕਿਸ ਤਰੀਕੇ ਦੇ ਨਾਲ ਲਹਿਰਾਈ ਜਾ ਰਹੀ ਔਰ ਬੱਟਾਂ ਦੇ ਨਾਲ ਮਾਰਿਆ ਜਾ ਰਿਹਾ ਔਰ ਕੇਸਾਂ ਦੇ ਵਿੱਚ ਲੱਤਾਂ ਮਾਰੀਆਂ ਜਾ ਰਹੀਆਂ। ਮੈਂ ਕਹਿੰਦਾ ਠੀਕ ਹੈ, ਅਗਰ ਕੋਈ ਬਾਈ ਚਾਂਸ ਗੱਲ ਹੋਈ ਵੀ ਹੈ, ਉਸ ਦਾ ਹੱਲ ਹਰ ਜਗ੍ਹਾ 'ਤੇ ਹੈ, ਬੈਠ ਕੇ ਗੱਲ ਕੀਤੀ ਜਾ ਸਕਦੀ ਹੈ। ਪੁਲਿਸ ਨੂੰ ਇਹ ਅਖਤਿਆਰ ਕਿੰਨੇ ਦਿੱਤਾ ਕਿ ਇਸ ਤਰੀਕੇ ਦੇ ਨਾਲ ਬਰਬਰਤਾਪੂਰਕ ਕਾਰਵਾਈ ਉਹ ਕਰੇ? ਕੋਰਟ ਕਚਹਿਰੀ, ਇਹ ਸਾਰਾ ਕੰਮ ਕੋਰਟ ਕਚਹਿਰੀਆਂ ਦਾ ਹੈ।
अगर छोटे जे किसी इंसीडेंट नू लैके इस तरीके दे नाल अपनी फ्रस्ट्रेशन उतारी जाएगी कि ये फ्रस्ट्रेशन ओही है कि जड़ी ह्यूमन राइट की सब तो वड्डी वायलेशन ए दिल्ली दे अंदर इस तरीके दे नाल ये पूरा वर्ल्ड आज देख रहा है। आज मीडिया जड़ा मीडिया तुहाडे हत्थां दे विच सोशल मीडिया इन्ना स्ट्रोंग है के वो पूरा वर्ल्ड एक मिनट तो पहले हर चीज़ नू देखता है। इत्थे ह्यूमन राइट की वॉल्यूशन नहीं है। जिन्ने भी लोगों ने यह देखा मेरी हाथ जोड़ के उन्होंने बेनती है कि यह जी वॉयलेशन हो रही है ह्यूमन राइट वॉयलेशन है या इंसानियत का कांड किया जा रहा है इसनों जिन्ना कंडेम किया जाए उन्ना घट है। और दिल्ली पुलिस के जड़े भी स्टाफ ने चाहे वह सादी वर्दी सन चाहे वह पुलिस की वर्दी दे विच सन उन्होंने टर्मीनेट किया जाए ताकि एना नू सबक मिले और अगे तो कोई भी एहो जिहा बंदा एहो जी कार्रवाई ना करे सख्त से सख्त। और किस तरीके दे नाल थाने नू अपना घर बना के वह सोचते हैं कि साडा गुंडागर्दी का अड्डा आ गया इस तरीके दे नाल अंदर लैके आए और रिवाल्वर और बट्टा दे नाल रिवाल्वर एवं दिखा रहे हैं रिवाल्वर जी और हॉस्पिटल तो किस तरीके दे नाल हॉस्पिटल तो असीं आए हाँ किस तरीके दे नाल एना ने लाठी चार्ज और किस तरीके दे नाल मारिया शायद ही कोई ऐसा इंसान होएगा जिसकी रूह ना कंबी होवे। आज मैं अपील करना सारे धर्मां दे बंदियां नू ये केवल सिखां दा नहीं आज सिखां दे नाल होया कबीर साहब दा भी होवे। आज मैं अपील करना सारे धर्मां दे बंदियां नू ये केवल सिखां दा नहीं आज सिखां दे नाल होया पड़ोसी के तू अपने भी अज जे नाल वाले नू मार पई है कल तुहानू भी पएगी जे नहीं रोकोगे जे अज इन्हां नू ना रोका गया वर्दी वाले गुंडियां नू ते आने वाले समय दे विच ए हर जगह हर पासे ए रिवाल्वरां तानियां जाणगियां और गुंडागर्दी इस वर्दी दे विच इन्नी वधेगी कि वह बर्दाश्त नहीं की जाएगी। अज हर धर्म के बंदे का यह फर्ज बनता है कि केवल इत्थे सिखी की गल नहीं है इत्थे हिंदू की गल नहीं है इत्थे मुसलमान की गल नहीं है इत्थे क्रिश्चन की गल नहीं है इत्थे इंसानियत की गल है और इंसानियत का कांड किया जा रहा है। असी एग्जाम्पल देने इराक ईरान तुर्कमेनिस्तान उत्थे यह गल हो रही है ISI यह कर रही है पर ये लोग किस तरीके दे नाल इस तरह मार रहे हैं और इस तरीके दे नाल आन वाले समय दे विच ये चीज़ देश नू अच्छे पासे नहीं लैके जाएगी माड़े पासे लैके जाएगी। इस करके अज सारिया का फर्ज बनता है कि एक झंडे थले सारे इकट्ठे हो चाहे वह किसी कौम नाल संबंधित ने वो सारे इकट्ठे हो और इन्हां वर्दी वाले गुंडियां नूं जो सज़ा हो सकती है वो सख्त तो सख्त सज़ा दी जाए। वाहेगुरू जी का खालसा वाहेगुरू जी की फतेह। मैं एक बार उधर का एक माहौल तुहानूं दिखा के लिया किस तरीके असंगत जी लगातार पुलिस स्टेशन के बाहर जरा बहुत बड़ी तादाद नारे लगे पुलिस स्टेशन के बाहर सिख संकट इतने देखने मिल रहा है बस वीर जी ये है कि सारिया सिख संगत जिन्या भी ने सब दे हिड़दे जड़े आ दुखी होए आ क्योंकि ये जड़िया चीज़ा अज हुई ने एक तो जून का महीना और यह कोई पहली बार नहीं होया तो यह जड़ा भी होया बड़ा दुखदाई है और ये जड़े जड़े भी लोग इनवॉल्व ने उन्होंने जी बनती जी सज़ा है वो इतने जी सिख संगत है वो सारी ये डिमांड करती है कि भी उन्होंने जी बनती सज़ा वो जरूर इतने उन्होंने मिलनी चाहिए है ता तक असं इतने हाँ जब तक जो साडे नाल न्याय नहीं आता साडे नाल इंसाफ नहीं आता। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅਸੀਂ 8:30 ਵਜੇ ਦੇ ਇੱਥੇ ਆਏ ਹੋਏ ਹਾਂ ਜੀ 6:30 ਵਜੇ ਦੇ ਕਰੀਬ ਦਾ ਹਾਦਸਾ ਹੈਗਾ ਜਿਸਨੇ ਵੀਡੀਓ ਮਿਲੀ ਉਸੇ ਵੇਲੇ ਅਸੀਂ ਇੱਧਰ ਆਏ ਬਾਹਰ ਨਿਕਲ ਗਏ ਜਿਹੜੇ ਇਹ ਸਾਰੇ ਬੰਦੇ ਸਨ ਇਹ ਵੀ ਨਿਕਲ ਗਏ ਇਸ ਵੇਲੇ ਇਹਨਾਂ ਨੇ ਕਹਿਤਾ ਜੀ ਅਸੀਂ ਉਹਨਾਂ ਨੂੰ MLC ਵਾਸਤੇ ਭੇਜਿਆ ਲੇਕਿਨ ਸਰਦਾਰ ਗੁਰਜੀਤ ਸਿੰਘ ਔਰ ਉਹਨਾਂ ਦੇ ਸਪੁੱਤਰ ਜਿਨ੍ਹਾਂ ਦੀ ਉਮਰ ਤਕਰੀਬਨ 16 ਤੋਂ 17 ਸਾਲ ਹੋਏਗੀ ਜ਼ਿਆਦਾ ਜਿਸ ਦੇ ਉੱਤੇ ਰਿਵਾਲਵਰ ਤਾਨੀ ਗਈ ਹੈ
ਉਹ ਦੋਨਾਂ ਨੂੰ ਉੱਤੇ ਇਹ ਲੋਕ ਥਾਣੇ ਦੇ ਅੰਦਰ ਲਿਆ ਕੇ ਵਕਤ ਤੋਂ ਹੋਰ ਕੁੱਟ ਰਹੇ ਸਨ। ਇਹਨਾਂ ਨੇ ਇੰਨਾ ਮਾਰਿਆ, ਉਹਨਾਂ ਨੂੰ ਇੰਨਾ ਮਾਰਿਆ, ਉਹਨਾਂ ਦੀਆਂ ਕੁਝ ਫੋਟੋਆਂ ਜਿਹੜੀਆਂ ਆਈਆਂ ਹੈ। ਉਸ ਤੋਂ ਬਾਅਦ ਉਹਨਾਂ ਨੂੰ ਤਕਰੀਬਨ 10 ਵਜੇ ਦੇ ਕਰੀਬ ਜਿਹੜਾ ਹੈਗਾ ਬਾਬੂ ਜਗਜੀਵਨ ਰਾਮ ਇੱਥੇ ਜੰਗੀਰਪੁਰੀ ਹੋਸਪਿਟਲ ਹੈ ਉੱਥੇ MLC ਇਸ 'ਤੇ ਭੇਜਿਆ ਗਿਆ। ਲੇਕਿਨ ਇੱਥੇ ਸਿੱਖ ਸੰਗਤ ਦੀ ਜਿਹੜੀ ਡਿਮਾਂਡ ਹੈ ਉਹ ਇਹ ਡਿਮਾਂਡ ਹੈ ਕਿ ਇਮੀਡੀਏਟ ਇਫੈਕਟ ਦੇ ਅੰਦਰ ਜਿੰਨੇ ਵੀ ਉਹ ਤਕਰੀਬਨ 10 ਤੋਂ 15 ਜਿਹੜੇ ਪੁਲਿਸ ਮੁਲਾਜ਼ਮ ਸਨ ਉਹਦੇ 'ਚੋਂ ਇੱਕ ਜਿਹੜਾ ਹੈਗਾ ਉਹ ਸਿਵਲ ਵਰਦੀ 'ਚ ਹੈਗਾ ਸੀਗਾ ਔਰ ਬਾਕੀ ਵਰਦੀ 'ਚ ਹੈਗੇ ਸਨ, ਉਹਨਾਂ ਨੂੰ ਇਮੀਡੀਏਟ ਇਫੈਕਟ ਦੇ ਅੰਦਰ ਡਿਸਮਿਸ ਕਰ ਦੇਣਾ ਚਾਹੀਦਾ। ਅਤੇ ਨਾਲ ਦੇ ਨਾਲ ਜਿੰਨੇ ਰਿਵਾਲਵਰ ਕੱਢੀ ਹੈ ਉਸ ਦੇ ਉੱਤੇ 307 ਦਾ ਪਰਚਾ ਜ਼ਰੂਰ ਹੋਣਾ ਚਾਹੀਦਾ, ਬਾਕੀ ਸਾਰਿਆਂ ਦੇ ਉੱਤੇ 295 ਇਹ ਵੀ ਲੱਗਣੀ ਚਾਹੀਦੀ ਹੈ ਜਿਸ ਤਰੀਕੇ ਉਹਨਾਂ ਨੇ ਸਿੱਖਾਂ ਦੇ ਕੇਸਾਂ ਦੇ ਉੱਤੇ ਹੱਥ ਪਾਇਆ, ਦਸਤਾਰ ਉੱਤੇ ਹੱਥ ਪਾਇਆ। ਸਾਡੀ ਆਣ ਮਾਣ ਸਾਡੀ ਸ਼ਾਨ ਹੈ, ਸਾਡੀ ਦਸਤਾਰ ਸਾਡੀ ਸ਼ਾਨ ਹੈ। ਅਤੇ ਉਹਨਾਂ ਨੇ ਜਿਸ ਤਰੀਕੇ ਨਾਲ ਕੇਸਾਂ ਦੇ ਉੱਤੇ ਲੱਤਾਂ ਮਾਰੀਆਂ, ਠੁੱਡ ਮਾਰੇ ਹੈ, ਉਸ ਤਰੀਕੇ ਉਹਨਾਂ ਨੂੰ ਵੀ ਜੇਕਰ ਸੰਗਤ ਦੇ ਸਾਹਮਣੇ ਪੇਸ਼ ਕਰਤਾ ਜਾਏ ਤੇ ਮੈਂ ਨਹੀਂ ਸੋਚਦਾ ਕਿ ਸ਼ਾਇਦ ਉਹ ਵਾਪਸ ਠੱਪ ਬਣ ਕੇ ਆਪਣੇ ਘਰੇ। ਵਾਹਿਗੁਰੂ ਜੀ ਕਾ ਖਾਲਸਾ। ਪੋਸਟਡ ਇਨ ਪੁਲਿਸ ਸਟੇਸ਼ਨ ਮੁਖਰਜੀ ਨਗਰ, ਇਹਨਾਂ ਨੂੰ ਬਿਲਕੁਲ ਸਸਪੈਂਡ ਕਰਤਾ ਗਿਆ ਇਮੀਡੀਏਟ ਇਫੈਕਟ ਦੇ ਨਾਲ। ਇਹ DCP ਵਿਜੇਅੰਤਰ ਆਰੇ ਜਿਹੜੀ ਮੈਡਮ ਹੈ ਉਹਨਾਂ ਦੇ ਸਾਈਨ ਹੈਗੇ ਇਹਦੇ 'ਤੇ, ਇਹ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਸਾਈਨ ਹੈਗੇ ਆ। ਔਰ ਇਸ ਤੋਂ ਇਲਾਵਾ ਕਿਉਂਕਿ ਮੈਂ ਸਵਾਲ ਇਹ ਵੀ ਕੀਤਾ ਸੀਗਾ ਕਿ 3 ਲੋਕ ਨਹੀਂ ਸੀ ਉਹਦੇ ਅੰਦਰ, ਹੋਰ ਵੀ ਬੜੇ ਸਾਰੇ ਬੰਦੇ ਸੀ ਜਿਨ੍ਹਾਂ ਨੇ ਮਾਰਿਆ, ਅਤੇ ਮੈਡਮ ਨੇ ਕਿਹਾ 3 ਦੇ ਇਲਾਵਾ ਜਿਹੜੀ ਫੋਰਸ ਹੈ ਕੁਝ ਫੋਰਸ ਬਾਹਰੋਂ ਵੀ ਆਈ ਹੋਈ ਸੀ, ਅਸੀਂ ਉਹਨੂੰ ਇਨਕੁਆਇਰ ਕਰਾਂਗੇ ਉਹਦੇ ਉੱਤੇ। ਅਸੀਂ ਪੈਂਡਿੰਗ ਜਿਹੜੀ ਹੈ ਇਨਕੁਆਇਰੀ, ਅਸੀਂ ਇੱਕ ਨੋਟਿਸ ਦੂਜਾ ਮੈਡਮ ਹੁਣੇ ਕੱਢ ਰਹੇ ਨੇ, ਇਹਨਾਂ ਨੇ ਇਹ ਗੱਲ ਕਹੀ ਹੈ ਬਈ ਦੂਸਰਾ ਵੀ ਕੱਢ ਰਹੇ ਨੋਟਿਸ ਜਿਹਦੇ ਵਿੱਚ ਜਿੰਨੇ ਵੀ ਲੋਕ ਇਨਵੋਲਵ ਸੀਗੇ ਸਾਰਿਆਂ ਦੇ ਉੱਤੇ ਕਾਰਵਾਈ ਹੋਏਗੀ, ਇਹ ਵਾਲੀ ਗੱਲ ਉਹਨਾਂ ਨੇ ਕਹੀ ਹੈ। ਬਟ ਹਲੇ ਵੀ ਅਸੀਂ ਇੱਧਰੋਂ ਜਾ ਨਹੀਂ ਰਹੇ ਜਦ ਤੱਕ ਇਹ ਦੂਜਾ ਆਰਡਰ ਸਾਨੂੰ ਦੇਣਗੇ ਨਹੀਂ, ਅਸੀਂ ਇੱਧਰ ਹੀ ਬਣੇ ਹੋਏ ਹਾਂ ਬਿਲਕੁਲ। ਠੀਕ ਹੈ, ਸਾਰੀ ਦਿੱਲੀ ਇਹਨਾਂ ਨੂੰ ਫੂਕਾ ਚਾਲੂ, ਕੰਮ ਥੋੜਾ ਬੰਦ ਖਾਲਸਾ 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 ਖਾਲਸਾ
ਦਿੱਲੀ ਪੁਲਿਸ ਕੁੱਤੀ ਹੈ
ਮੈਨੂੰ ਲੱਗਦਾ ਫੋਨ ਬੰਦ ਹੋ ਗਿਆ ਜੀ। ਮੈਂ ਤਾਂ ਨਾਲ ਹੀ ਆ। ਮੈਂ ਤਾਂ ਨਾਲ ਹੀ ਆ। ਮੈਂ ਤਾਂ ਨਾਲ ਹੀ ਆ।
डीडी नंबर ले ले यार, सब कुछ ले ले यार। ये देखो डीडी नंबर है। योगेश कितने है? योगेश का नाम था। ओ यार बाकी दे कर रहे ने, बाकी दे कर रहे ने, चार कीते ना, बाकी दे कर रहे ने, ऑर्डर ले रही है ऊपरों। ओ सीपी नाल गल चल रही होदी। मैं ते खुद ते बंदे हो कर जिदा एक एस आई संजय मलिक, 611 NW, एस आई दविंदर सिंह, 3157 NW और कॉन्स्टेबल पुष्पिंदर नंबर 1842 NW, पोस्टेड इन पुलिस स्टेशन मुखर्जी नगर दिल्ली आर हेयर बी प्लेस्ड अंडर सस्पेंशन विद इमीडिएट इफेक्ट। जड़ी विजयंता आर्या DCP नॉर्थ वेस्ट है, DD नंबर है 41B 16519 का। ये हुनी सस्पेंशन ऑर्डर होया, जिहड़ा सस्पेंशन ऑर्डर तुहाडे सामने आ। बाकी दे जिहड़े बंदे जो कि साडी डिमांड है, चार है कीते ने, ते बाकी दे 24 घंटिया का टाइम दिता इन्हां नूं सस्पेंशन दे विच। और डिसमिसल दे ऑर्डर जिहड़े ने, ओह कह रहे कल असी अज नहीं कर सकते डिसमिसल, जिहड़ा डिपार्टमेंटल इनकुआरी का मैटर है, वो डिपार्टमेंटल इनकुआरी होएगी। हुण इन्हां नूं सस्पेंड किया गया। बाकी दे जिहड़े 8 बंदे ने, उन्हां दी भी सस्पेंशन ओह बना रहे ने, ओह कमिश्नर ऑफ पुलिस दे नाल इन टच ने। इस टाइम DCP मैडम ने जोड़े वो ऑलरेडी इन टच ने, और इन्हों सस्पेंड कर दिता गया। हूँ इस करके असी अगली कार्रवाई वास्ते उन्हें अपने बंद देखिए कि वह कितने ने, असं उन्होंने देख थाने के बाहर का संगत जी माहौल तुसी देख रहे हो। मुखर्जी नगर थाने के बाहर किस तरीके लगातार प्रोटेस्ट अजे भी जारी है। सिख संगत का इकट्ठ हजारा की तादाद के सिख संगत इतने मौजूद ने, अजे भी बहुत बड़ी तादाद के सिख संगत इतने मौजूद ने। और सारे वीर जी की तुहानू लगता, तुसी जो अंदर गलबात करके आए थे, की लगता तुहानू कि तुसी सैटिस्फाई हो जिस तरह उन्होंने सस्पेंड किया? वाहेगुरु जी का खालसा वाहेगुरु जी फतेह। उच्चा बोलो। मैं बिल्कुल 0% सैटिस्फाइड हाँ इन्होंने, क्योंकि झूठ बोल रहे ने सिर्फ, और जिहड़े साडे आगू गए भी ने वह भी सिर्फ झूठ का फैसला करके आए ने। असी किसी ऑर्डर नहीं मानते, असी सिर्फ बंदा सामने चाहिए, सानू बंदे सामने खड़े कर दें, असी कौम अपने फैसला कर लेगी, डिसमिस करना सस्पेंड करना की करना वह कौम आपे करेगी, क्योंकि इन्होंने कौम की पग के उत्ते हाथ चुके है, तो कौम ही यदा फैसला करेगी, ना कि कोई जज या वकील फैसला करेगा। जो लीडर भी बनने आए हैं वो लीडर घट बनन, नाल खड़े हो गए, आवाज एक बुलंद करन, क्योंकि इस टाइम एक बुलंद करने का आवाज का टाइम है, ना कि एक निशान साहब के थल्ले, ना कि अपने नु चमकाने का टाइम है। सिर्फ इधर सिर्फ तो सिर्फ जिदे उत्ते जिहड़ा जुलम होया उदे उत्ते सानू उन मुजरिमां नु असीं मुजरिम ही कहांगे, उन्हां नु जिन्होंने बुजुर्ग सी बेटा सी उन दोनों दे उत्ते हमला किया गया, जिहड़ा तीन बंदियां नू सस्पेंड किया कह रहे ने, उह ते इन्हां ने अंधे नाल ही करता सी, उह इन्हां नू अंधे जद 9 बजे टाइम इन्हां नू पता लगा हालात खराब हो रहे ने, ਇਹਨਾਂ ਨੂੰ ਸਸਪੈਂਡ ਦੇ ਆਰਡਰ ਪਹਿਲੇ ਇਸ਼ੂ ਕਰਤੇ ਸਨ। ਵੀਡੀਓ ਪਲੇਨ ਪੇਪਰ ਤੇ ਹੈਗੇ ਨੇ, ਉਹ ਜਿਹੜਾ ਦਿੱਲੀ ਦੇ ਲੈਟਰ ਹੈਗੇ ਨੇ, ਇਹ ਲੈਟਰ ਇਸ ਨਹੀਂ ਹੈਗਾ, ਇਹ ਕਾਗਜ਼ ਹੈਗਾ, ਸਿੱਧਾ ਕਾਗਜ਼ ਹੈਗਾ। ਇਹ ਜਿਹੜਾ ਦੇਖ ਰਹੇ ਹੋ ਤੁਸੀਂ, ਇਹ ਘੱਟੋ ਘੱਟ ਇਹਨਾਂ ਨੇ 9 ਵਜੇ ਹੀ ਇਹ ਆਰਡਰ ਪਾਸ ਕਰਤਾ ਸੀ, ਕਿਉਂ ਕਰਤਾ ਸੀ, ਹਾਲਾਤ ਖਰਾਬ ਹੋ ਗਏ ਸਨ, ਇਹ ਸਿਰਫ ਤੇ ਸਿਰਫ ਫੁੱਦੂ ਬਣਾਇਆ,
ਬੇਵਕੂਫ ਬਣਾਉਣ ਲਈ ਹੈ ਇਹ ਆਰਡਰ ਪਾਸ ਕੀਤਾ ਗਿਆ ਹੈ ਦਿੱਲੀ ਪੁਲਿਸ ਦਾ ਲੈਟਰ ਨਹੀਂ ਹੈਗਾ ਤੇ ਇਸ ਕਰਕੇ ਸਾਡਾ ਕਾਗਜ਼ ਹੈ ਇਹ ਦੇਖਾ ਇੱਥੇ ਕੋਈ ਰਜਿਸਟਰਡ ਨੰਬਰ ਹੈ ਨਾ ਕੋਈ ਬੇਨਤੀ ਹੈ ਇਹ ਲੈਟਰ ਦਿਖਾ ਕੇ ਬੇਵਕੂਫ ਨਾ ਬਣਾਇਆ ਜਾਵੇ ਬਲਕਿ ਆਵਾਜ਼ ਬੁਲੰਦ ਕੀਤੀ ਜਾਵੇ ਜਿਹੜਾ ਜ਼ੁਲਮ ਹੋਇਆ ਉਹਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸਸਪੈਂਡ ਨਹੀਂ ਉਹਨਾਂ ਨੂੰ ਬਿਲਕੁਲ ਸਜ਼ਾਵਾਂ ਦਿੱਤੀ ਜਾਣੀ ਚਾਹੀਦੀ ਹੈ ਔਰ ਟਰਮੀਨੇਟ ਹੋਣੇ ਚਾਹੀਦੇ ਨੇ ਤਾਂ ਕਿ ਉਹ ਕਦੀ ਵੀ ਅੱਜ ਤੋਂ ਬਾਅਦ ਨੌਕਰੀ ਨਾ ਜੁਆਇਨ ਕਰ ਸਕਣ ਇੱਥੇ ਸਰਕਾਰੀ ਨੌਕਰੀ ਜੋ ਅੱਜ ਹੋਇਆ ਇਹ ਕਦੀ ਵੀ ਕਿਸੇ ਮਨੋਟੀ ਨਾਲ ਨਾ ਸਿੱਖ ਨੌਨ ਸਿੱਖ ਈਸਾਈ ਧਰਮ ਹੋਵੇ ਮੁਸਲਿਮ ਧਰਮ ਹੋਵੇ ਕੋਈ ਵੀ ਧਰਮ ਹੈ ਕਿਹਦੇ ਨਾਲ ਵੀ ਇਹ ਦੁਬਾਰਾ ਇਹ ਜ਼ੁਲਮ ਨਾ ਕੀਤਾ ਹੋਵੇ ਇਸ ਕਰਕੇ ਸਾਰੇ ਇੱਕ ਹੋ ਕੇ ਆਵਾਜ਼ ਚੁੱਕੋ ਸਾਧ ਸੰਗਤ ਜੀ ਫਿਰ ਬੇਨਤੀ ਹੈ ਰਾਜਨੀਤੀ ਘੱਟ ਕਰੋ ਇਹਦੇ ਵਿੱਚ ਸਿਰਫ ਤੇ ਸਿਰਫ ਸੰਗਤ ਦੇ ਨਾਲ ਇਕੱਠਾ ਹੋ ਕੇ ਇਹਦੇ ਉੱਤੇ ਆਵਾਜ਼ ਚੁੱਕੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਅਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਜੀ ਸਾਡੇ ਜਿਹੜੇ ਕਮੇਟੀ ਵਾਲੇ ਹੈਗੇ ਹੈ ਉਹ ਜਿਹੜੀ ਅਪਰੋਚ ਅਡੋਪਟ ਕਰ ਰੱਖੀ ਹੈ ਉਹਨਾਂ ਨੇ ਉਹਦੇ ਨਾਲ ਸੰਗਤ ਬਿਲਕੁਲ ਸੈਟਿਸਫਾਈ ਨਹੀਂ ਹੈਗੀ ਉਹ ਗੱਲ ਕਰ ਰਹੇ ਹਾਂ ਸਸਪੈਂਸ਼ਨ ਅਤੇ ਡਿਸਮਿਸਲ ਦੀ ਅਸੀਂ ਇਹ ਗੱਲ ਕਰ ਰਹੇ ਹਾਂ ਜਿਨ੍ਹਾਂ ਪੁਲਿਸ ਵਾਲਿਆਂ ਨੇ ਕਾਨੂੰਨ ਹੱਥ 'ਚ ਲਿਆ ਹੈਗਾ ਉਹਨਾਂ ਪੁਲਿਸ ਵਾਲਿਆਂ ਦੀ FIR ਕੱਟੇ ਸਾਡੇ ਲੀਡਰ FIR ਦੀ ਗੱਲ ਹੀ ਨਹੀਂ ਕਰ ਰਹੇ ਹੁਣ ACP ਸਾਹਿਬ ਬਾਹਰ ਆਏ ਸੀਗੇ ACP ਨੇ ਵੀ ਇਹੀ ਗੱਲ ਕੀਤੀ ਸਸਪੈਂਡ ਕਰਤਾ ਜੀ ਲਾਈਨ ਹਾਜ਼ਰ ਕਰਤਾ ਸਾਡੇ ਹਰਮੀਤ ਸਿੰਘ ਕਾਲਕਾ ਹੁਣੇ ਬਾਹਰ ਆਏ ਹੈਗੇ ਦਿੱਲੀ ਕਮੇਟੀ ਦੇ ਸੈਕਟਰੀ ਉਹਨਾਂ ਨੇ ਵੀ ਇਹ ਕਿਹਾ ਜੀ ਸਸਪੈਂਡ ਕਰਦਾ ਡਿਸਮਿਸ ਕਰਦਾ ਸਾਰੀ ਸੰਗਤ ਨੂੰ ਆਪਣਾ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਸੀਗਾ ਕਿ ਬਈ ਅਸੀਂ ਜਿਹੜਾ ਹੈਗਾ ਆਪਣਾ 307 ਦੀ ਮੰਗ ਕਰਾਂਗੇ ਉਹਨਾਂ ਨੇ ਕੀ ਕਿਹਾ ਸੀ ਮੈਨੂੰ ਨਹੀਂ ਪਤਾ ਲੇਕਿਨ ਕੀਤੀ ਗਈ ਅੰਦਰ FIR ਨਹੀਂ ਕੱਟੀ ਹਲੇ ਪੁਲਿਸ ਵਾਲਿਆਂ ਦੇ ਖਿਲਾਫ ਪੁਲਿਸ ਵਾਲਿਆਂ ਨੇ FIR DCP ਕਹਿ ਰਹੀ ਹੈ ਕਿ ਫੋਰਸ ਲੈ ਕੇ ਆਓ ਜਿੰਨੀ ਹੋ ਸਕਦੀ ਉਹਨੀ ਫੋਰਸ ਕੋਈ ਲਾਈਵ ਚਲਾ ਰਿਹਾ ਕਰ ਤਾਂ ਜੀ ਕੋਈ ਨਹੀਂ DCP ਕਹਿ ਕੇ ਗਈ ਹੈ ਕਿ ਉਹ ਜਿੰਨੀ ਫੋਰਸ ਬੁਲਾਓ DCP ਕਹਿ ਕੇ ਗਈ ਹੈ ਬੋਲ ਕੇ ਗਈ ਹੈ ਜਿੰਨੀ ਫੋਰਸ ਬੁਲਾਓ ਫੋਰਸ ਚਾਹੀਦੀ ਹੈ ਬੁਲਾਓ ਇਹਨਾਂ ਸਾਰੇ ਇਹਨਾਂ ਸਾਰੇ ਨੂੰ ਡਾਟ DCP ਮੇਰੇ ਸਾਹਮਣੇ ਬੋਲ ਗਈ ਬਾਹਰ ਕਿਉਂ ਜਾ ਰਹੇ ਆਪਾਂ ਅੰਦਰ ਕਿਉਂ ਨਹੀਂ ਬੈਠੇ ਇੱਥੇ ਬੈਠਾਂਗੇ ਨਾ ਹੁਣ ਇੱਧਰ ਹੀ ਬੈਠੋ ਤੁਸੀਂ ਗੱਲ ਠੀਕ ਕਰੇ ਨਾ ਕੋਈ ਡੇਰੀ ਵੀ ਨਹੀਂ ਕਰਦਾ ਕਿ ਕਰਦਾ ਕੋਈ ਡੇਰੀ ਵੀ ਨਹੀਂ ਕਰਦਾ
बच्चे पर आ जाओ बस 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 सर पांच देने पांच देने पांच देने बस रोक रोक लो ज्यादा ना हो अभी कार वाल बजे लो भाई रोक लो रोक लो कोई शोर नहीं पाएगा प्लीज अपने एक सिस्टम में चलना घड़े आए ने गल करें डिसेंट टॉक करनी मैडम आ रही है उनकी रास्ता दे ना सारे बोलेंगे तो मसला हल नहीं होगा सबको चुप रहना पड़ेगा
बेनती है बाहर हो जाओ प्लीज।